ਪਰ ਅਫਸੋਸ ਆ ਕਿ ਜਾਣ ਬੁੱਝ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਧੱਕਾ ਕਰਨਾ ਚਾਹੁੰਦੇ ਕੁਛ ਲੋਕ, ਜਾਂ ਜਾਣ ਬੁੱਝ ਕੇ ਬਾਬੇ ਨਾਨਕ ਦੇ ਜਿੱਥੇ ਦੁਨੀਆਂ ਨੇ ਇਸ਼ਨਾਨ ਕਰਨ ਵਾਸਤੇ ਆਉਣਾ, ਵੀ ਉਹਨੂੰ ਅਸੀਂ ਆਪਣੀ ਗੰਦਗੀ ਉਹਨਾਂ ਨੂੰ ਪਿਆਉਣੀ ਪਿਆਉਣੀ ਹੈ, ਜਾਂ ਉਹਨਾਂ ਨੇ ਪਵਿੱਤਰ ਪਾਣੀ ਦੇ ਵਿੱਚ ਅਸੀਂ ਗੰਦਗੀ ਪਾਉਣੀ ਪਾਉਣੀ ਹੈ। ਮਨਸਾ ਉਹੀ ਦੱਸ ਸਕਦੇ ਆ, ਇਹਨੂੰ ਅੱਤ ਮਾੜਾ ਕੁਛ ਨਹੀਂ ਹੋ ਸਕਦਾ। ਜਿਹੜੇ ਸਰਦਾ ਵਾਲੇ ਆ, ਅਸੀਂ ਤਾਂ ਹੁਣ ਵੀ ਤੁਹਾਡੇ ਸਾਹਮਣੇ ਚੱਲ ਸਕਿਆ, ਸਾਡੀ ਤਾਂ ਆਸਥਾ ਇਹ ਯਾਰ ਵੀ ਪਾਉਣ ਅਤੇ ਸਾਡੇ ਵਾਸਤੇ ਤਾਂ ਅੰਮ੍ਰਿਤ ਦਾ ਇਹਦੂ ਵੱਡਾ ਕੋਈ ਨਹੀਂ ਹੋ ਸਕਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਬਿਲਕੁਲ ਨੇੜੇ ਆ ਰਿਹਾ, ਪਰ ਦੂਜੇ ਪਾਸੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਢਿੱਲੀ ਚੱਲ ਰਹੀ ਹੈ। SGPC ਅਤੇ ਪੰਜਾਬ ਸਰਕਾਰ ਸੁਲਤਾਨਪੁਰ ਲੋਧੀ ਦੇ ਵਿੱਚ ਵੱਡੇ ਪੱਧਰ ਤੇ ਸਮਾਗਮ ਕਰਵਾਉਣ ਜਾ ਰਹੀ ਹੈ, ਪਰ ਦੂਜੇ ਪਾਸੇ ਜਿੱਥੇ ਕਾਲੀ ਵਹੀ 'ਚ ਸ਼ਰਧਾਲੂਆਂ ਨੇ ਇਸ਼ਨਾਨ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਨਾ ਹੁੰਦਾ, ਉਸ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਜਾ ਰਿਹਾ। ਕਾਲੀ ਵਹੀ ਦੇ ਸਾਫ ਪਏ ਪਾਣੀ ਦੇ ਵਿੱਚ ਦੂਸ਼ਿਤ ਪਾਣੀ ਮਿਲ ਰਿਹਾ, ਜਿਸ ਕਰਕੇ ਕਾਲੀ ਵਹੀ ਦਾ ਪਾਣੀ ਦਿਨ ਬ ਦਿਨ ਜ਼ਹਿਰੀਲਾ ਹੁੰਦਾ ਜਾ ਰਿਹਾ। ਬੇਸ਼ੱਕ ਪੰਜਾਬ ਸਰਕਾਰ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਯਾਨੀ ਕਿ NGT ਨੇ ਪ੍ਰਦੂਸ਼ਣ ਫੈਲਾਉਣ ਦੇ ਮਾਮਲੇ ਦੇ ਵਿੱਚ ਪਹਿਲਾਂ ਹੀ 50 ਕਰੋੜ ਦਾ ਜੁਰਮਾਨਾ ਲਗਾਇਆ ਸੀ, ਪਰ ਫਿਰ ਵੀ ਸਰਕਾਰ ਤੇ ਕੋਈ ਇਸ ਦਾ ਅਸਰ ਦਿਖਾਈ ਨਹੀਂ ਦੇ ਰਿਹਾ। ਹੁਣ ਵਾਤਾਵਰਨ ਪ੍ਰੇਮੀ ਸੰਤ ਬਲਵੀਰ ਸਿੰਘ ਸਿੱਚੇਵਾਲ ਨੇ ਸਰਕਾਰ ਤੇ ਆਪਣਾ ਗੁੱਸਾ ਕੱਢਿਆ। ਸਿੱਚੇਵਾਲ ਨੇ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸੰਬੰਧੀ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਆਉਣਗੀਆਂ ਅਤੇ ਕਾਲੀ ਵਹੀ 'ਚ ਇਸ਼ਨਾਨ ਕਰਨਗੀਆਂ। ਜਦੋਂ ਵਹੀ ਦਾ ਜ਼ਹਿਰੀਲਾ ਪਾਣੀ ਦੇਖਿਆ ਜਾਏਗਾ ਤਾਂ ਸੰਗਤਾਂ ਦੇ ਮਨਾਂ 'ਚ ਠੇਸ ਪਹੁੰਚੇਗੀ। ਉਹਨਾਂ ਨੇ ਕਿਹਾ ਕਿ ਸਰਕਾਰ ਤੋਂ ਸਾਨੂੰ ਕੋਈ ਵੀ ਉਮੀਦ ਨਹੀਂ ਦਿਖਾਈ ਦੇ ਰਹੀ। ਬੜੀ ਸ਼ਰਮ ਵਾਲੀ ਗੱਲ ਆ, ਜਿਸ ਤਰ੍ਹਾਂ ਹੁਣ ਕਿ ਜਿਹੜਾ ਕਪੂਰਥਲੇ ਟ੍ਰੀਟਮੈਂਟ ਪਲਾਂਟ ਆ, ਉਹ ਤਕਰੀਬਨ 5 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਦਾ ਉਹ ਜਿਹੜਾ ਡੈੱਡ ਹੋਇਆ, ਉਹਦੇ ਵਾਸਤੇ ਪਹਿਲੀ ਸਰਕਾਰ ਵੇਲੇ ਵੀ ਅਤੇ ਹੁਣ ਵੀ ਅਸੀਂ ਹਰ ਮੀਟਿੰਗ ਦੇ ਵਿੱਚ ਉਹ ਮੁੱਦਾ ਉਠਾਇਆ। ਜਿੱਦਾਂ ਭੁਲਾਣੇ ਦੀਆਂ ਕਲੋਨੀਆਂ, ਕਿੰਨੇ ਚਿਰ ਦੀਆਂ ਵਸੀਆਂ ਉਹ ਕਲੋਨੀਆਂ, ਅਤੇ ਉਹਦੇ ਵਾਸਤੇ 2 ਕਰੋੜ ਰੁਪਈਏ ਨੂੰ ਦਿੱਤੇ ਨੂੰ ਵੀ 5 ਸਾਲ ਹੋ ਗਏ, 4-5 ਸਾਲ, ਉਹ ਕੁਛ ਵੀ ਉਹਦੇ ਉੱਤੇ ਨਹੀਂ ਹੋਇਆ। ਕਿਉਂ ਨਹੀਂ ਹੋਇਆ ਇਹਦਾ ਤਾਂ ਜਵਾਬ ਸਰਕਾਰ ਦੇ ਸਕਦੀ ਹੈ, ਪ੍ਰਸ਼ਾਸਨ ਦੇ ਸਕਦਾ, ਪਰ ਹੈ ਇੰਨੀ ਮੰਦਭਾਗੀ ਕਿ ਇੰਨਾ ਪਵਿੱਤਰ ਦਿਹਾੜਾ ਜਿਹਦੇ 'ਤੇ ਸਰਕਾਰਾਂ ਕਰੋੜਾਂ ਰੁਪਈਆ ਖਰਚ ਕਰ ਰਹੀਆਂ, ਜਿੱਥੇ ਪ੍ਰਧਾਨ ਮੰਤਰੀ ਨੇ ਆਉਣਾ, ਜਿੱਥੇ ਰਾਸ਼ਟਰਪਤੀ ਨੇ ਆਉਣਾ, ਜਿੱਥੇ ਹੋਰ ਮੁੱਖ ਮੰਤਰੀਆਂ ਨੇ ਆਉਣਾ, ਉਸ ਕਾਰਜ ਵਾਸਤੇ, ਉਸ ਪਵਿੱਤਰ ਵੇਈਂ ਦੇ ਵਾਸਤੇ ਇਹ ਇੱਕ ਕਲੋਨੀਆ ਜਿਹੜਾ ਹੈਗਾ ਭੁਲਾਣੇ ਦੀਆਂ ਕਲੋਨੀਆਂ, ਜਿਹਦੇ ਉੱਤੇ ਵੱਧ ਤੋਂ ਵੱਧ 2 ਜੇ ਸਰਕਾਰ ਕਰੇ ਅਤੇ 5-6 ਕਰੋੜ ਦਾ ਪ੍ਰੋਜੈਕਟ ਕਹਿੰਦੇ ਆ, ਅਤੇ ਜਿਹੜਾ ਹੈ 2 ਕਰੋੜ ਦਾ ਜਿਹੜਾ ਸੀ ਕਪੂਰਥਲੇ ਦਾ, ਮਤਲਬ 8 ਕਰੋੜ ਰੁਪਈਆ ਸਾਰਾ ਇਹਦੇ ਉੱਤੇ ਖਰਚ ਹੋ ਕੇ ਇਹ ਬਿਲਕੁਲ ਸਾਫ਼ ਹੋ ਸਕਦੀ ਹੈ। ਕੌਣ ਉਹਦਾ ਜ਼ਿੰਮੇਵਾਰ, ਕਿਉਂ ਨਹੀਂ ਹੋਇਆ? ਜੇ ਸਾਡੇ ਵੱਲੋਂ ਕੋਈ ਹੋਵੇ, ਹਰ ਮੰਚ ਉੱਤੇ ਹਰ ਮੀਟਿੰਗ ਦੇ ਵਿੱਚ ਸਾਡੇ ਕੋਲ ਸਾਰੇ ਦਾ ਸਾਰਾ 19 ਸਾਲਾਂ ਦਾ ਰਿਟਰਨ ਪਿਆ, ਪਰ ਅਫਸੋਸ ਆ ਕਿ ਜਾਣ ਬੁੱਝ ਕੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਨਾਲ ਧੱਕਾ ਕਰਨਾ ਚਾਹੁੰਦੇ ਕੁਛ ਲੋਕ, ਜਾਂ ਜਾਣ ਬੁੱਝ ਕੇ ਬਾਬੇ ਨਾਨਕ ਦੇ ਜਿੱਥੇ ਦੁਨੀਆਂ ਨੇ ਇਸ਼ਨਾਨ ਕਰਨ ਵਾਸਤੇ ਆਉਣਾ, ਵੀ ਉਹਨੂੰ ਅਸੀਂ ਆਪਣੀ ਗੰਦਗੀ ਉਹਨਾਂ ਨੂੰ ਪਿਆਉਣੀ ਪਿਆਉਣੀ ਹੈ, ਜਾਂ ਉਹਨਾਂ ਨੇ ਪਵਿੱਤਰ ਪਾਣੀ ਦੇ ਵਿੱਚ ਅਸੀਂ ਗੰਦਗੀ ਪਾਉਣੀ ਪਾਉਣੀ ਹੈ। ਮਨਸਾ ਉਹੀ ਦੱਸ ਸਕਦੇ ਆ, ਇਹਨੂੰ ਅੱਤ ਮਾੜਾ ਕੁਛ ਨਹੀਂ ਹੋ ਸਕਦਾ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਬਹੁਤ ਵੇਰੀ ਜਿਹੜੀ ਹੈਗੀ ਹੈ, ਹਰ ਰਿਪੋਰਟ ਆਉਂਦੀ ਹੈ, ਜਿਹਦੇ ਵਿੱਚ ਹੁਣ ਤੱਕ ਜਿਹੜਾ ਹੈਗਾ ਜੋ ਕਾਰਵਾਈ ਹੋਈ ਆ, ਉਹਦੇ ਵਿੱਚ ਵੀ 50 ਕਰੋੜ ਰੁਪਈਏ ਸਰਕਾਰ ਨੂੰ ਜੁਰਮਾਨਾ ਵੀ ਹੋਇਆ। ਉਹ ਕੋਈ ਚਾਹੇ ਕਿ ਮੁੱਖ ਮੰਤਰੀ ਜਾਂ ਮੰਤਰੀ ਦਾ ਕਸੂਰ ਨਹੀਂ, ਉਹ ਸਾਡੇ ਸਿਸਟਮ ਦਾ ਕਸੂਰ ਆ, ਜਿਹੜੇ ਉਹ ਗੱਲ ਜਿਹੜੇ ਹੈਗੇ ਆ ਉਸ ਤਰੀਕੇ ਨਾਲ ਉਹਨੂੰ ਲੈਂਦੇ ਹੀ ਨਹੀਂ ਕਿ ਇਹ ਇੰਨਾ ਸੀਰੀਅਸ ਮੁੱਦਾ। ਹੁਣ ਕਿੰਨੀਆਂ ਜ਼ੋਰਾਂ ਸ਼ੋਰਾਂ ਦੇ ਨਾਲ ਤਿਆਰੀਆਂ ਹੋ ਰਹੀਆਂ, ਟੈਂਟ ਬਣ ਰਿਹਾ, ਪਰ ਜਿਹੜੇ ਇਸ਼ਨਾਨ ਕਰਨ ਵਾਲੇ ਆ ਜਾਂ ਜਿਨ੍ਹਾਂ ਨੇ ਇੱਥੇ ਆਣ ਕੇ ਆਸਥਾ ਦੀ ਜਲ ਅੰਮ੍ਰਿਤ ਜਲ ਸਕਣਾ, ਉਹਦੇ ਵਿੱਚ ਉਹਨਾਂ ਨੂੰ ਅਸੀਂ ਆਪਣੀ ਲੈਟਰਨ ਟੋਇਲਟ ਸ਼ਹਿਰਾਂ ਦਾ ਗੰਦਾ ਪਾਣੀ ਪਿਆ ਕੇ, ਇਹਤੋਂ ਕੀ ਮਾੜਾ ਹੋ ਸਕਦਾ? ਕੀ ਇਹਦੇ ਵਿੱਚੋਂ ਲਾਭ ਕਿਸੇ ਨੂੰ ਹੋ ਸਕਦਾ? ਸਾਨੂੰ ਉਹ ਵੀ ਨਹੀਂ ਦਿਖਦਾ ਕਿ ਅਸੀਂ ਗੁਰੂ ਤੋਂ ਇੰਨਾ ਹੀ ਬੇਮੁੱਖ ਹੋ ਗਏ। ਜਿੱਦਾਂ ਬਾਬਾ ਜੀ, ਅੱਜ ਹੁਣ ਤੁਸੀਂ ਉੱਥੇ ਚੇਅਰਮੈਨ ਸਾਹਿਬ ਵੀ ਆਏ ਸੀ, ਤੁਸੀਂ ਮੌਜੂਦ ਸੀ, ਕੁਝ ਪ੍ਰਸ਼ਾਸਨ ਅਧਿਕਾਰੀ ਸੀਗੇ, ਤਾਂ ਕੁਝ ਕਹਿੰਦੇ ਉੱਥੇ ਖਿੱਚ ਨਹੀਂ ਸਿਰਫ ਜਿਹੜਾ ਹੈਗਾ ਇਹੋ ਤੱਕਰ ਨਹੀਂ ਪਹੁੰਚਿਆ, ਕਿਹੜੇ ਉੱਚ ਅਧਿਕਾਰੀ ਉੱਥੇ ਆਉਣੇ ਜਿਹਦੀ ਡਿਊਟੀ ਆ, ਮੁੱਖ ਜ਼ਿੰਮੇਵਾਰ ਆ ਪਿਛਲੇ, ਇਹ ਤਾਂ ਸੱਦਿਆ ਤਾਂ ਉਹਨਾਂ ਨੇ ਜਿਹੜਾ ਹੈਗਾ ਸਾਰਿਆਂ ਨੂੰ, ਡੀ ਸਾਹਿਬ ਨੂੰ ਵੀ ਕਿਹਾ, ਉਹਦੇ ਵਿੱਚ ਕਿਉਂ ਨਹੀਂ ਆਏ, ਕੀ ਉਹਦਾ ਹੈ, ਉਹਦੇ ਵਿੱਚ
ਤਹਿਸੀਲਦਾਰ ਸਾਹਿਬ ਗਏ ਸੀ ਬਾਅਦ ਦੇ ਵਿੱਚ, ਅਤੇ ਉਹਦਾ ਜਵਾਬ ਤਾਂ ਉਹੀ ਦੇ ਸਕਣਗੇ। ਪਰ ਨਹੀਂ, ਫੈਸਲਾ ਤਾਂ ਜਿਹੜਾ ਹੈਗਾ, ਜੋ ਮੀਟਿੰਗਾਂ ਹੁੰਦੀਆਂ ਉਹਦੇ ਵਿੱਚ ਸਾਰਿਆਂ ਦੇ, ਇਹ ਜਲੰਧਰ ਵੀ ਮੀਟਿੰਗ ਹੋਈ ਸੀ ਇਹਦੀ, ਇਦੋਂ ਪਹਿਲੀ ਜਿਹੜੀ ਹੈਗੀ ਆ ਐਨ ਜੀ ਟੀ ਦੀ, ਉਹਦੇ ਵਿੱਚ ਕੁਛ ਡਿਊਟੀਆਂ ਲਾਈਆਂ, ਡੀ ਸੀ ਸਾਹਿਬ ਦੀਆਂ ਡਿਊਟੀਆਂ ਸੀ ਵੀ ਉਹਨਾਂ ਨੂੰ ਜਿਹੜਾ ਹੈਗਾ ਇਹ ਕੰਮ ਕਰਾਉਣੇ ਆ। ਉਹਦਾ ਜਵਾਬ ਹੁਣ ਤਿੰਨਾਂ ਦਿਨਾਂ ਦੇ ਵਿੱਚ ਕੀ ਦਿੰਦੇ ਆ ਉਹ ਤਾਂ ਹੁਣ ਦੇਖਦੇ ਹਾਂ ਵੀ ਉਹਨਾਂ ਨੇ ਕੀ ਕੀਤਾ ਕੀ ਨਹੀਂ ਕੀਤਾ। ਕੀ ਮੰਨਿਆ ਜਾਵੇ ਜਦੋਂ ਅੱਜ ਤੋਂ ਇੱਕ ਮਹੀਨਾ ਬਾਅਦ ਇੱਥੇ ਗੁਰਪੁਰਬ ਹੋਣਗੇ ਤਾਂ ਵੇਈ ਦੇ ਵਿੱਚ ਲੋਕ ਇਸ਼ਨਾਨ ਕਰ ਪਾਉਣਗੇ ਜਾਂ ਨਹੀਂ? ਜਿਹੜੇ ਸਰਦਾ ਵਾਲੇ ਆ ਅਸੀਂ ਤਾਂ ਹੁਣ ਵੀ ਤੁਹਾਡੇ ਸਾਹਮਣੇ ਚੱਲ ਸਕਿਆ, ਸਾਡੀ ਤਾਂ ਆਸਥਾ ਇਹ ਜ਼ਹਿਰ ਵੀ ਪਾਉਣ ਅਤੇ ਸਾਡੇ ਵਾਸਤੇ ਤਾਂ ਅੰਮ੍ਰਿਤ ਇਸ ਤੋਂ ਵੱਡਾ ਕੋਈ ਨਹੀਂ ਹੋ ਸਕਦਾ। ਪਰ ਸ਼ਰਮ ਚਾਹੀਦੀ ਹੈ ਇਹਨਾਂ ਨੂੰ, ਸਿਸਟਮ ਨੂੰ ਸ਼ਰਮ ਚਾਹੀਦੀ ਹੈ। ਜਿਹੜੇ ਐਡੀਆਂ ਐਡੀਆਂ ਵੱਡੀਆਂ ਗੱਲਾਂ ਕਰਦੇ ਇੱਥੇ, ਉਹਨਾਂ ਨੂੰ ਸ਼ਰਮ ਚਾਹੀਦੀ ਹੈ। ਕੋਈ ਸਾਡੇ ਕਹਿਣ ਵਿੱਚ ਜਾਂ ਕਸਰ ਰਹਿ ਗਈ ਹੋਵੇ ਤਾਂ ਉਹ ਵੀ ਦੱਸ ਦੇਣ। ਭਾਰਤ ਦੇ ਰਾਸ਼ਟਰਪਤੀ ਨੇ ਜਿੱਦਣ ਆਉਣਾ ਸੀ, ਰਿਟਰਨ ਦੇ ਵਿੱਚ ਆ ਲਿਖਿਆ ਹੋਇਆ ਵੀ ਉਹਦੇ ਨੇ ਵੀ ਸਾਡੇ ਸਾਰੇ ਗੰਦੇ ਪਾਣੀ ਬੰਦ ਆ, ਇਹ ਰਿਕਾਰਡ ਤੁਸੀਂ ਘਟਾ ਸਕਦੇ। ਪਰ ਉਹ ਜਿਹੜੀ ਚੀਜ਼ ਆ ਕਿ ਜਦੋਂ ਅਸੀਂ ਕੋਰਟਾਂ ਵਿੱਚ ਪੇਸ਼ ਕਰਦੇ ਹਾਂ, ਝੂਠ ਲਿਖ ਕੇ ਦਿੰਦੇ ਹਾਂ, ਸਰਕਾਰ ਲੋਕਾਂ ਨੂੰ ਵੀ ਧੋਖਾ ਦੇ ਰਹੇ ਹਾਂ, ਕੋਰਟ ਨੂੰ ਵੀ ਧੋਖਾ ਦੇ ਰਹੇ ਹਾਂ, ਅਤੇ ਸਰਕਾਰ ਦੀ ਵੀ ਬਦਨਾਮੀ ਕਰਾ ਰਹੇ ਹਾਂ। ਤਿੰਨ ਕੰਮ ਹੋਰ ਆਖਰੀ ਇਹ ਸਵਾਲ ਮੇਰਾ ਕਿ ਹੁਣ ਪੰਜਾਬ ਸਰਕਾਰ ਤੋਂ ਜਾਂ ਤੁਸੀਂ ਉਮੀਦ ਕਰਦੇ ਹੋ ਕਿ ਜਦੋਂ ਅਸੀਂ ਤਾਂ ਅਕਾਲ ਪੁਰਖ ਵਾਹਿਗੁਰੂ 'ਤੇ ਟੇਕ ਰੱਖੀ ਆ, ਉਹਦੇ ਚਰਨਾਂ 'ਚ ਅਰਦਾਸ ਆ, ਜਿਹੜੀਆਂ ਸਾਡੀਆਂ ਸਰਕਾਰ ਨੂੰ ਡਿਊਟੀਆਂ ਸੀ ਆਪਣੇ ਅਸੀਂ ਫਰਜ਼ ਨਿਭਾ ਚੁੱਕੇ ਹਾਂ। ਸਰਕਾਰਾਂ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਹਰ ਡੀ ਸੀ ਸਾਹਿਬ ਨੂੰ, ਕਿਹੜੀ ਗੱਲ ਆ ਜਿੱਥੇ ਸਾਡੀ ਰੱਖਣ ਵਾਲੀ ਹੋਵੇ, ਸਾਡੇ ਮਨ 'ਚ ਅਫਸੋਸ ਹੋਵੇ? ਅਸੀਂ ਤਾਂ ਗੁਰਮੁਖ ਬਈ, ਇਹ ਸਭ ਕੁਛ ਰੁਕੂਗਾ, ਅਸੀਂ ਕਹਿੰਦੇ ਦਾਅਵੇ ਨਾ ਕਹਿੰਦੇ ਸਮਾਗਮਾਂ ਤੱਕ ਜੇ ਨਹੀਂ ਕੁਛ ਨਹੀਂ ਰੁਕੂਗਾ। ਅਸੀਂ ਉੱਥੇ ਜਾ ਕੇ ਬੈਠਾਂਗੇ, ਚੀਜ਼ ਨੂੰ ਦੱਸਾਂਗੇ ਵੀ ਆਹ ਜਿਹੜਾ ਹੈਗਾ ਤੁਸੀਂ ਇਸ਼ਨਾਨ ਕਰਨਾ, ਦੇਖੋ ਕੀ ਅਸੀਂ ਉਹਨੂੰ ਇਹ ਜਿਹੜੀ ਚੀਜ਼ ਨੂੰ ਇਹਨੇ ਰੋਕਣਾ ਪਊਗਾ। ਕਿਸ ਜਗ੍ਹਾ 'ਤੇ ਆਪਾਂ ਜਿੱਥੇ ਵੀ ਹੋਊਗਾ, ਜਿੱਥੇ ਜਿੱਥੇ ਗੰਦਗੀ ਹੋ ਗਈ ਅਸੀਂ ਉਹਨੂੰ ਲੈ ਕੇ ਜਾਵਾਂਗੇ ਕਿ ਗਲਤ ਆ, ਇਹ ਰੋਕਣਾ ਚਾਹੀਦਾ। ਅਤੇ ਦੇਖਾਂਗੇ ਜਿਹੜੀ ਹੈਗੀ ਆ ਕੋਰਟ ਰੋਕਦੀ ਆ ਜਾਂ ਸਰਕਾਰ ਰੋਕਦੀ ਆ, ਜਾਂ ਤਾਂ ਕਿਹਨਾਂ ਇਹ ਲੋਕ ਪਾਉਂਦੇ ਆ ਜਿਹੜੇ ਲੋਕਾਂ ਨੂੰ ਮਾਰਨਾ ਚਾਹੁੰਦੇ ਆ, ਜਿਹੜੇ ਸਾਡੇ ਆਸਥਾ ਦੇ ਨਾਲ ਖੇਡ ਰਹੇ। ਕਿਸੇ ਨੂੰ ਇਹ ਸਮਝ ਹੀ ਨਹੀਂ ਕਿ ਦੁਨੀਆ ਇੱਥੇ ਅਮਰ 'ਤੇ ਚੱਲ ਆਣ ਕੇ ਸਕਦੀ ਹੈ। ਵਾਸ਼ਵੇਸ਼ ਭਾਰਤ ਤੋਂ ਲੋਕਾਂ ਨੂੰ ਅਸੀਂ ਸੱਦਾ ਦਿੱਤਾ ਹੋਇਆ ਕਿ ਅਸੀਂ ਉਹਨਾਂ ਨੂੰ ਅਸੀਂ ਗੰਦਾ ਪਾਣੀ ਪਾ ਕੇ ਉਹਨਾਂ ਨੂੰ ਤੋਰਾਂਗੇ ਇੱਥੋਂ। ਨਹੀਂ ਗੁੱਸਾ ਕਿਸੇ ਨਹੀਂ, ਗੁੱਸਾ ਤਾਂ ਜਿਹੜਾ ਜ਼ਿੰਮੇਵਾਰ ਉਹਦੇ ਪ੍ਰਤੀ ਆ। ਕੌਣ ਜ਼ਿੰਮੇਵਾਰ ਆ? ਇਹ ਸਰਕਾਰ ਦਾ ਕਰੇ, ਅਫਸਰ ਜ਼ਿੰਮੇਵਾਰ ਆ, ਅਫਸਰ ਦੇ ਜਿਹੜਾ ਹੈਗਾ ਹੋਣਾ ਚਾਹੀਦਾ, ਸਰਕਾਰ ਕਾਰਵਾਈ ਕਰੇ, ਕਿਉਂ ਨਹੀਂ ਹੋਇਆ? ਇਹ ਤਾਂ ਹੁਣ ਜਿਹੜੀ ਹੈਗੀ ਹੈ, ਜੇ ਕੋਈ ਕੰਮ ਜੇ ਫੇਲਰ ਆ ਉਹਦਾ ਕੋਈ ਤਾਂ ਕੋਈ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ, ਕੋਰਟ ਵੀ ਕਹਿ ਰਹੀ ਹੈ। ਕਾਲੀਬਾਈ ਦੇ ਦੂਸ਼ਿਤ ਪਾਣੀ ਦੀਆਂ ਰਿਪੋਰਟਾਂ ਮੀਡੀਆ 'ਚ ਆਉਣ ਤੇ ਉਧਰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਵੀ ਸਖਤੀ ਦਿਖਾਈ ਹੈ। ਇਸ ਸੰਬੰਧੀ ਐਨ ਜੀ ਟੀ ਦੇ ਪੰਜਾਬ ਚੇਅਰਮੈਨ ਨੇ ਮੌਕੇ ਦਾ ਜਾਇਜ਼ਾ ਲਿਆ। ਅਸੀਂ ਕੱਲ੍ਹ ਅਖਬਾਰ ਦੇ ਵਿੱਚ ਨਿਊਜ਼ ਆਈ ਸੀ, ਕਾਫੀ ਦੇਰ ਤੋਂ ਕਮੇਟੀ ਮੀਟਿੰਗਾਂ ਕਰ ਰਹੀ ਹੈ, ਐਨ ਜੀ ਟੀ ਨੇ ਅਪੁਆਇੰਟ ਕੀਤੀ ਹੋਈ ਹੈ ਇੱਕ ਕਮੇਟੀ ਕਿ ਜਿਹੜਾ ਵਾਤਾਵਰਨ ਹੈ, ਪ੍ਰਦੂਸ਼ਣ ਹੈ, ਇਹਨੂੰ ਖਤਮ ਕਰਨਾ ਔਰ ਵਾਤਾਵਰਨ ਨੂੰ ਬਚਾਉਣਾ। ਕੱਲ੍ਹ ਅਖਬਾਰ ਦੇ ਵਿੱਚ ਖਬਰ ਆਈ ਸੀ, ਅੱਜ ਹੀ ਅਖਬਾਰ ਦੇ ਵਿੱਚ ਸਵੇਰੇ ਖਬਰ ਆਈ ਸੀ ਕਿ ਜਿਹੜੀ ਕਾਲੀ ਸਾਡੀ ਬੇਈ ਆ, ਪਵਿੱਤਰ ਬੇਈ ਹੈ, ਇਹਦੇ ਵਿੱਚ ਪ੍ਰਦੂਸ਼ਣ ਘੱਟ ਨਹੀਂ ਰਹੀ, ਰਾਤ ਵੱਧ ਰਹੀ ਹੈ। ਅਸੀਂ ਸੋਚਿਆ ਕਿ ਜਾ ਕੇ ਮੌਕੇ 'ਤੇ ਮੁਆਇਨਾ ਕਰਦੇ ਹਾਂ। ਹੁਣ ਜਿਹੜੀ ਪਿਛਲੀਆਂ ਮੀਟਿੰਗਾਂ ਦੋ ਹੋਈਆਂ ਸੀ ਮਾਰਚ ਵਿੱਚ, ਫਿਰ ਅਗਸਤ ਦੇ ਵਿੱਚ, ਅਪ੍ਰੈਲ ਮਈ ਦੇ ਵਿੱਚ ਔਰ ਅਗਸਤ ਦੇ ਵਿੱਚ, ਉਹਨਾਂ ਮੀਟਿੰਗਾਂ ਦੇ ਵਿੱਚ ਡਾਇਰੈਕਸ਼ਨਾਂ ਇਸ਼ੂ ਕੀਤੀਆਂ ਸਨ, ਕਾਫੀ ਸਾਰੀਆਂ ਕੰਪਲਾਈਂਟ ਹੋ ਗਈਆਂ ਨੇ। ਕੁਛ ਜਿਹੜੀ ਕੰਪਲਾਈਂਟ ਨਹੀਂ ਸੀ ਹੋ ਸਕੀਆਂ, ਉਹਨਾਂ ਬਾਰੇ ਅੱਜ ਡਾਇਰੈਕਸ਼ਨਾਂ ਕਰ ਦਿੱਤੀਆਂ ਗਈਆਂ ਨੇ। ਬਾਬਾ ਜੀ ਕੰਮ ਦੀ ਦੇਖਭਾਲ ਕਰ ਰਹੇ ਆ, ਇਹ ਵੀ ਮੈਂਬਰ ਨੇ ਇਸ ਕਮੇਟੀ ਦੇ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਪਵਿੱਤਰ ਦਿਨ 'ਤੇ ਜਿਹੜਾ ਅਗਲੇ ਮਹੀਨੇ ਆ ਰਿਹਾ, ਕਿ ਸਾਰੇ ਸ਼ਰਧਾਲੂ ਇਸ ਪਵਿੱਤਰ ਨਦੀ ਦੇ ਵਿੱਚ, ਬੇਈ ਦੇ ਵਿੱਚ, ਜਿਹਦੇ ਵਿੱਚ ਬਾਬਾ ਜੀ ਨੇ ਟੁੱਬੀ ਲਾਈ ਸੀ ਅਤੇ ਉਹਨਾਂ ਨੂੰ ਪਰਮਾਤਮਾ ਦੀ ਬਲੈਸਿੰਗਸ ਹਾਸਲ ਹੋਈਆਂ ਸੀਗੀਆਂ, ਉਹ ਸਾਰੇ ਉਹਦੇ ਵਿੱਚ ਇਸ਼ਨਾਨ ਕਰ ਸਕਣ ਤਾਂ ਕਿ ਉਹਨਾਂ ਨੂੰ ਵੀ ਬਲੈਸਿੰਗਸ ਪ੍ਰਾਪਤ ਹੋਣ। ਸੰਤ ਬਲਵੀਰ ਸਿੰਘ ਸੀਚੇਵਾਲ ਨੇ ਐਨ ਜੀ ਟੀ ਵੱਲੋਂ ਬੁਲਾਈ ਮੀਟਿੰਗ ਦੇ ਵਿੱਚ ਸਵਾਲ ਚੁੱਕੇ ਨੇ। ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ ਪਰ ਉਹ ਨਹੀਂ ਪਹੁੰਚੇ। ਇਸ ਤੋਂ ਸਾਫ਼ ਹੋ ਗਿਆ ਕਿ ਵਹੀ ਨੂੰ ਸਾਫ਼ ਕਰਨ ਦੇ ਲਈ ਅਧਿਕਾਰੀ ਕਿੰਨੇ ਕੁ ਗੰਭੀਰ ਨੇ। ਦੱਸਦੇ ਕਿ ਕਾਲੀ ਵਹੀ 'ਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਡੁਬਕੀ ਲਗਾਈ ਸੀ, ਇਸ ਕਰਕੇ ਕਾਲੀ ਵਹੀ ਸਿੱਖ ਮਜ਼ਹਬ ਦੇ ਵਿੱਚ ਬਹੁਤ ਮਹਾਨਤਾ ਰੱਖਦੀ ਹੈ। ਸੁਲਤਾਨਪੁਰ ਤੋਂ ਸੁਰਿੰਦਰ ਸਿੰਘ ਬੱਬੂ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ।